ਉਹਦਾ ਗੁੱਸੇ 'ਚ ਮੈਸੇਜ ਆਇਆ ਕਹਿੰਦੀ ਆਹ ਕੀ ਸਟੋਰੀ ਪਾਈ ਹੈ। ਮੈਂ ਕਿਹਾ ਤੈਨੂੰ ਇਸ 'ਚ ਕੁਝ ਨਹੀਂ ਕਿਹਾ, ਇਹ ਗੱਲ ਤਾਂ ਮੈਂ ਆਪਣੇ 'ਤੇ ਲੈ। ਕਹਿੰਦੀ ਡਿਲੀਟ ਕਰ ਦਿਉ, ਇਹ ਗੱਲ ਕੋਈ ਕਹਿਣ ਵਾਲੀ ਨਹੀਂ। ਮੈਂ ਕਿਹਾ ਤੇਰੀ ਦਿੱਤੀ ਪੀੜ ਵੀ ਕੋਈ ਸਹਿਣ ਵਾਲੀ ਨਹੀਂ। ਸਟੋਰੀ ਕੁਝ ਐਵੇਂ ਸੀ, ਮੇਰੀ ਕਮੀ ਦਾ ਵੀ ਸੱਜਣਾ ਤੈਨੂੰ ਅਹਿਸਾਸ ਹੋਵੇ, ਜਦੋਂ ਤੂੰ ਮੇਰੇ ਸਾਹਮਣੇ ਆਵੇਂ ਤਾਂ ਅੱਗੇ ਮੇਰੀ ਲਾਸ਼ ਹੋਵੇ। ਕਹਿੰਦੀ ਰਿਕੁਐਸਟ ਆ ਡਿਲੀਟ ਕਰ ਦਿਉ। ਮੈਂ ਕਿਹਾ ਡਿਲੀਟ ਕਰਕੇ ਕੀ ਹੋਜੂ, ਮੇਰੀ ਕਮੀ ਦਾ ਤੈਨੂੰ ਕਿਹੜਾ ਅਹਿਸਾਸ ਹੋਣਾ ਜੇ ਮੈਂ ਮਰ ਵੀ ਗਿਆ, ਫਿਰ ਕਿਹੜਾ ਤੂੰ ਮੇਰੇ ਪਾਸ ਹੋਣਾ। ਕਹਿੰਦੀਆਂ ਜਾਣ ਆ ਫਿਰ ਤੂੰ ਜਾਂ ਮੈਨੂੰ ਭੁੱਲ ਕੇ ਬਹਿ ਗਿਆ, ਪਰ ਆਇਆ ਕਰੀ ਬੈਠਾ ਤਾਂ ਹੀ ਇੰਨੀ ਗੱਲ ਕਹਿ ਗਿਆ। ਮੈਂ ਕਿਹਾ ਜੇ ਤੈਨੂੰ ਭੁੱਲ ਕੇ ਬਹਿ ਜਾਂਦਾ ਤਾਂ ਇਹਨਾਂ ਲਫ਼ਜ਼ਾਂ 'ਚ ਤੇਰਾ ਜ਼ਿਕਰ ਨਾ ਹੁੰਦਾ, ਜੇ ਪਰਾਇਆ ਕਰਕੇ ਬਹਿ ਜਾਂਦਾ ਤਾਂ ਤੈਨੂੰ ਤੇਰਾ ਇੰਨਾ ਫਿਕਰ ਨਾ ਹੁੰਦਾ, ਤਾਂ ਤੈਨੂੰ ਤੇਰਾ ਇੰਨਾ ਫਿਕਰ ਨਾ ਹੁੰਦਾ।